ਕੱਢ ਕੇ ਦੇ ਦਿਓ ਸਾਨੂੰ, ਗੱਡੀ ਇੱਥੇ ਦੀ ਲੰਘੀ ਆ ਕਿਉਂਕਿ ਇਹਨਾਂ ਦੇ ਕੈਮਰਾ ਉਹ ਸਾਹਮਣੇ ਲੱਗਿਆ ਹੋਇਆ ਸੀਗਾ। ਆਹ ਇੱਥੇ ਗੱਡੀ ਵੀ ਇਹਨਾਂ ਦੀ ਆਰਾਮ ਨਾਲ ਦਿਖਦੀ, ਪਰ ਇਹਨਾਂ ਦੇ ਬੰਦਿਆਂ ਨੇ ਨਾ ਗੱਡੀ ਦਿਖਾਈ ਨਾ ਕੁਛ ਹੋਰ ਦਿਖਾਇਆ। ਸਗੋਂ ਜਿਹੜਾ ਬੰਦਾ ਸਾਡਾ ਇੱਥੇ ਕੰਮ ਲੱਗਿਆ ਹੋਇਆ ਸੀਗਾ ਉਹ ਬੰਦਾ ਵੀ ਇਹਨਾਂ ਰਾਤੋਂ ਰਾਤ ਜੋਬ ਤੋਂ ਕੱਢਤਾ, ਅਤੇ ਕੈਮਰੇ ਦੀ ਫੁਟੇਜ ਦਿਖਾਉਣ ਦੀ ਰਾਜੀ ਹੈ ਨਹੀਂ। ਹੁਣ ਵੇਖਦੇ ਹਾਂ ਪੁਲਿਸ ਰਿਪੋਰਟ ਕਰਾ ਕੇ ਆਹ ਇਹਨਾਂ 'ਤੇ ਕਰਾਉਂਦੇ ਹਾਂ ਕਾਰਵਾਈ। ਅਤੇ ਇੱਧਰਲੇ ਬਾਈ ਆਪਣੇ ਇੱਕ ਹੈਗੇ ਸੀ ਜਿਨ੍ਹਾਂ ਨੇ ਆਪਣੀ ਹੈਲਪ ਕੀਤੀ ਆ, ਅਤੇ ਤਕਰੀਬਨ ਗੱਡੀ ਆਪਾਂ ਨੂੰ ਇਹਨਾਂ ਦੀ ਲੱਗਦੀ ਆ। ਕੱਲ੍ਹ ਨੂੰ ਆਹ ਇੱਕ ਕੈਮਰਾ ਲੱਗਿਆ ਆਪਣਾ ਇੱਥੇ, ਇਹਦੇ ਕੋਲ ਬਾਈ ਨੂੰ ਕਿਹਾ ਅੱਜ ਗੱਲ ਹੋਈ ਆ, ਬਾਈ ਕਹਿੰਦਾ ਕੱਲ੍ਹ ਸਵੇਰ ਦਿਖਾ ਦਾਂਗੇ ਤੁਹਾਨੂੰ ਆਪਾਂ, ਅਤੇ ਆਹ ਮਾਰ ਕੇ ਗਿਆ ਬਤੰਦਰ। ਬੇਸ਼ੱਕ ਸਾਰਾ ਛੋਟੀ ਵੱਜੀ ਆ, ਬਟ ਉਹਦਾ ਮਾਰ ਕੇ ਭੱਜਣਾ ਗਲਤ ਸੀਗਾ, ਨੁਕਸਾਨ ਤਾਂ ਨੁਕਸਾਨ ਆ ਬਾਈ, ਵਿਹਲੇ ਖੜਿਆਂ ਦਾ ਨੁਕਸਾਨ ਕਰਤਾ। ਆਪਾਂ ਚਾਹ ਪੀਣ ਆਏ ਸੀਗੇ। ਇੱਕ ਆਹ ਕੈਮਰਾ ਗਾ, ਇੱਕ ਆਹ ਸਾਹਮਣੇ ਕੋਠੀਆਂ ਦੇ ਪਿੱਛੇ ਕੈਮਰਾ ਲੱਗਿਆ ਹੋਇਆ, ਫੜਾਂਗੇ ਜ਼ਰੂਰ ਬਾਬੇ। ਉਹ ਆਊਗਾ ਬੰਦਾ ਇੱਥੇ ਹੀ ਜਾਂਦਾ, ਕਿਤੇ ਵੀ ਨਹੀਂ ਗਾ ਉਹ। ਮੇਨ ਬਸ ਆਹ ਆ, ਕੀ ਲਿਖਿਆ ਹੈ ਕਾਲੋਂ, ਹਾਂ ਇਹ ਬੰਦਿਆਂ ਨੇ ਕਰਤੂਤ ਆ, ਇਹਨਾਂ ਦੀ ਗੱਡੀ ਆ ਜਿੱਥੇ ਤੱਕ ਸਾਨੂੰ ਲੱਗਦਾ। ਕਿਵੇਂ ਭੱਜਿਆ ਸੀਗਾ ਤੂੰ, ਕੀ ਕਰਿਆ ਸੀ ਤੂੰ, ਕੀ ਕਰਿਆ ਸੀ? ਤੈਨੂੰ ਇੰਨੀ ਉਮੀਦ ਸੀਗੀ ਫੜ ਲੂ ਇਹ? ਥੋੜਾ ਜਿਹਾ ਗਲਤ ਕੰਮ ਹੋ ਗਿਆ ਆਪਾਂ, ਹਨਾ ਥੋੜੀ ਟਾਈਮਿੰਗ ਮਿਲਦਾ, ਸਿਰਫ 4-5 ਸੈਕਿੰਡ ਦੀ ਆਪਾਂ ਅੱਗੇ ਪਿੱਛੇ ਹੋਇਆ। ਹਾਂ ਜੇ ਇੰਨਾ 2-3 ਸੈਕਿੰਡ ਦਾ ਫਰਕ ਪਿਆ, ਮੈਂ ਉਹਦੇ ਗੇਟ ਤੱਕ ਦਰਵਾਜ਼ੇ ਤੱਕ ਉਹ ਮੈਨੂੰ ਇੰਨਾ ਪਤਾ ਯਾਰ, ਉਹ ਗੱਡੀ ਉਹਨਾਂ ਦੀ ਆ ਜਿਵੇਂ ਉਹ ਦੇਖਦੇ ਨੇ ਹਨਾ, ਉਹ ਨਾ ਉਹਨਾਂ ਹੁਣ ਗੱਡੀ ਉੱਥੇ ਆਊਗੀ ਨਾ ਉਹਨਾਂ ਨੇ ਆਣ ਦੇਣੀ ਆ, ਉਹਨਾਂ ਨੂੰ ਪਤਾ ਗਾ ਭੰਨ ਦੇਣਗੇ। ਤਲਾਨ ਲੱਗ ਗਿਆ ਸੀ ਉਹ ਮੈਨੂੰ ਬਾਬੇ, ਗੱਡੀ ਲੱਗੀ ਉਹੀ ਡਿਟੋ ਸੇਮ ਸਭ ਕੁਛ ਹੋਇਆ, ਹਨਾ ਸਭ ਕੁਛ ਹੋਈ ਸੀ, ਨੰਬਰ ਅੱਡ ਸੀਗਾ। ਦੇਖੀ ਨੂੰ ਕਰ ਨਾ ਬਾਈ, ਮੈਂ ਤਾਂ ਰਹਿੰਦਾ ਕਰ ਬਾਈ, ਇਹ ਤਾਂ 2021 ਮਾਡਲ ਵਾਲੇ ਦੀ ਹੁੰਦਾ, ਜਿਹੜੇ ਹੁਣ ਨਵੇਂ ਆ ਰਹੇ ਉਹਨਾਂ ਦੀ ਹੁੰਦਾ, ਇਹ ਤਾਂ ਪਹਿਲਾਂ ਮੈਂ ਲਵਾਇਆ ਗਿਆ। ਹਾਂ ਉਹ ਕਨਫਿਊਜ਼ ਹੋ ਗਿਆ ਸੀਗਾ, ਮੈਂ ਸਾਲਾ ਪਤਾ ਨਹੀਂ ਕਿਆ ਬੋਲੀ ਯਾਰ, ਮੈਂ ਕਿਹਾ ਮੈਂ ਵੀ ਬਾਈ ਹੋ ਆ ਜਿਹੜੇ ਸਾਹਿਬ ਤੁਸੀਂ ਡਰ ਰਹਾ, ਮੈਂ ਕਿਹਾ ਮੈਨੂੰ ਵੀ ਯਾਰ, ਮੈਨੂੰ ਉਹਦੀ ਸ਼ਕਲ ਤੋਂ ਲੱਗਿਆ ਵੀ, ਮੈਂ ਕਿਤੇ ਉਹ ਆ, ਉਹ ਨਹੀਂ ਆ ਬਾਈ, ਉਹ ਤਾਂ ਮੋਟਾ ਜਿਹਾ ਤਾਂ ਜਿਹਦਾ ਪਹਿਚਾਣ, ਪਰ ਇਹਦੇ ਨਾਲ ਤਾਂ ਸਰਦਾਰ ਜੇ ਬੰਦੇ ਬੈਠੇ ਜੀ, ਇਹ ਤਾਂ ਜੈਨੂਇਨ ਜਿਹਾ ਬੰਦਾ ਲੱਗਦਾ ਸੀਗਾ, ਪਿੰਡੂ ਦਾ ਕੋਈ ਕੀ ਕਰਕੇ ਗਈ ਹੈ ਕੜ 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 ਕੋਈ, ਇਹ ਵੀ ਕਹਿ ਰਹੀ ਮੈਂ ਵੀ ਹੈਗੀ ਉਹਦੇ ਸੈਂਪਲ ਤੋਂ, ਬੰਦਾ ਲੱਭ ਤਾਂ ਲਵਾਂਗੇ ਆਪਾਂ। ਆਪਾਂ ਨੂੰ ਗੱਡੀ ਦਾ ਤਾਂ ਪਤਾ ਲੱਗ ਗਿਆ, ਹੁਣ ਮੇਨ ਤਾਂ ਹੋਰ ਹੈਗੀ ਯਾਰ, ਇਹ ਬੰਦਾ ਮਿਲ ਵੀ ਗਿਆ ਨਾ ਜਾਂਦੇ ਜਾਂਦੇ ਆਪਾਂ ਨੂੰ ਬਾਈ ਕਹੇਗਾ, ਪਹਿਲਾਂ ਟਾਕੀ ਵਜੋਂ ਉਤਰ ਕਹੇਗਾ ਬਾਈ ਗਲਤੀ ਹੋ ਗਈ, 25,000 ਰੁਪਇਆ ਕੱਢ ਭੈਣ ਦੇ ਖਤਮ, ਨਾਲੇ ਗੱਡੀ ਦਾ ਵਿੰਗਰਾ ਮਾਰੀ। ਮੈਂ ਆਹੀ ਤਾਂ ਸੋਚਿਆ ਹੋਇਆ, ਜਦ ਮਿਲ ਗਿਆ ਬੰਦਾ ਨਾ ਗੱਡੀ, ਪਹਿਲਾਂ ਇਹਦਾ ਸਾਰਾ ਕੰਮ ਕਰਾ ਲੈਣਾ, ਉਹਦਾ ਫੋਨ ਖੋਲ ਲੈਣਾ, ਉਹਦੀ ਗੱਡੀ ਚਾਬੀ ਖੋਲ ਲੈਣੀ, ਗੱਡੀ ਮੈਂ ਦੇ ਦੇ ਬਾਈ, ਨੇੜੇ ਖੜਾ ਕੇ ਨੰਬਰ ਪਲੇਟ ਚੱਕ ਕੇ ਪੈਸੇ ਇਹ ਦੇਊਗਾ, ਚੰਗੇ ਆਈਫੋਨ ਲਵਾਂਗੇ ਸਾਰੇ ਜਣੇ, ਛਾਲਾ ਉਰੇ ਥੋੜੀ ਵੇਚੀ, ਉਧਰ ਪਟਿਆਲੇ ਲੈ ਜਾਈਂ, ਕਬਾੜ ਬਾਜ਼ਾਰ ਮਾ ਖੋਲ ਦੇਣਾ, ਮਾਰਾਂਗੇ ਇਹ ਦੇ ਖੋਲ ਬੈਗ ਬੁੱਕ ਤਾਂ ਨਹੀਂ ਗੱਡੀ ਚ ਕੁਛ, ਮੈਡਮ ਇਹਨੂੰ ਦੇ ਦੇਣਗੇ ਵੇਚ ਆਏਗਾ 200-300 ਰੁਪਏ। ਜਿੱਥੇ ਮਰਜ਼ੀ ਸਿੱਖ ਲਈ, ਚਲੋ ਮਾਰ ਇੱਕ ਵਾਰ ਗੱਡੀ ਫੜਦੀ ਆਪਾਂ। ਚੱਕਰ ਪਤਾ ਕੀ ਆ, ਵੈਸੇ ਕੁਝ
ਐਦਾਂ ਹੁੰਦਾ ਜਿਹੜਾ ਗੱਡੀ ਗੁੱਡੀ ਚਲਾ ਰਿਹਾ ਹੈਗਾ ਤਾਂ ਸਾਲ ਉਹ ਵੀ ਗਰੀਬ ਬੰਦਾ ਹੀ ਆ ਜਿਹੜਾ ਟੈਕਸੀ ਚਲਾ ਰਿਹਾ ਨੋਰਮਲੀ ਜਾਣਾ ਭਾਈ ਕਿਆ ਹੋਵੇ ਫਿਰ ਬੰਦੇ ਨੂੰ ਖੜਨਾ ਚਾਹੀਦਾ ਦੁੱਖ ਦੇਖਣਾ ਚਾਹੀਦਾ ਚੱਕਰ ਹੈ ਬਸ ਉਹ ਭੱਜਿਆ ਗਲਤੀ ਉਹਨੇ ਆ ਕਰਤੀ ਆ ਉਹ ਭੱਜਿਆ ਜੇ ਨਾ ਭੱਜਦਾ ਫਿਰ ਤਾਂ ਅੱਡਾ ਕੋਈ ਪਰਵਾਹ ਹੈ ਹੀ ਨਹੀਂ ਸੀ ਫੜ ਲੈ ਯਾਰ ਬਾਈ ਬਣ ਕੇ ਅੱਛਾ ਕਾਹਨੂੰ ਗੱਲਾਂ ਜੇ ਨਾ ਭੱਜਦਾ ਫਿਰ ਆਪਾਂ ਕੋਈ ਨਹੀਂ ਪਿਆਰ ਨਾਲ ਵੀ ਗੱਲ ਮਖਾ ਲੈਂਦੇ ਹਨ ਜਿੱਦਣ ਆਪਣਾ ਪੈਸੇ ਕੋਈ ਆ ਗਏ ਪਹਿਲਾਂ ਪੂਰੇ ਸ਼ੀਸ਼ੇ ਲਵਾਂਗੇ ਬਾਈ ਦੂਜੀ ਤਰਫ ਦੂਜੀ ਬਿਲਡਿੰਗ ਲਾ ਰਿਹਾ ਭੈਣ ਜਦੋਂ ਸ਼ਰਮ ਆਵਾ ਉਧਰਲੇ ਸ਼ੀਸ਼ੇ ਮੈਂ ਫੋਟੋਆਂ ਖਿੱਚਾ ਮੰਨ ਲਓ ਭੈਣ ਚੋਰੇ ਸਟੀਲ ਗਈ ਲੋਡੀ ਜਿਹੜੀ ਬਿਲਡਿੰਗ ਉਹ ਸਾਹਮਣੇ ਲਈ ਮੈਂ ਲੱਗ ਰਹੀ ਉਹ ਬਲੌਕ ਚ ਦੋਏ ਬਲੌਕ ਮਾਰ ਡੀ ਸੀ ਡੀ ਡੀ ਮਾ ਇੱਧਰ ਹੋ ਤੂੰ ਕਿੱਥੇ ਲੁਕ ਤਾ ਯਾਰ ਆਪਣੇ ਵੀ ਲੱਗ ਰਿਹਾ ਸ਼ੀਸ਼ਾ ਦੇਖੋ ਹਾਂ ਫੋਟੋ ਦੇਖ ਕਿੰਨੀ ਸੋਹਣੀ ਆ ਰਹੀ ਆ ਭੈਣ ਚ ਘੁੰਗੂ ਘਟਿਆ ਰਿਹਾ ਮੂੰਹ ਪਾ ਘੁੰਗੂ ਘਟ ਆ ਪ੍ਰੀਆ ਸ਼ਾਲਨੀ ਬਾਲਨੀ ਨਾ ਬਾਈ ਆਪਾਂ ਚਾਹ ਰਹੇ ਸ਼ਾਂਤੀ ਕਿੱਥੇ ਆਪਣੇ ਘਰੇ